सत श्री अकाल बाई जी सारिआं नूं। आपां रात जौहराट रहे सी ते जौहराट तों अज सफर शुरू करन लगे आ। पहलां जिहड़े आपां राह दे विच कल वीर भरा मिले सी जौहराट ते पंजाबी सी, मैनूं विच लै ला मेरी फोटो आ गई है। बिलकुल वीरे तुहाडे बिना तां असीं कुछ भी नहीं। ते गुरद्वारा साहब चलदे आ, उहनां नूं मिलांगे। उस तों बाद साइकलां दा माड़ा मोटा काम कराउणा। इधर भाजी संतरी ऐणक वाले अपने नाल पहुँच चुके ने, परना भी लिआंदा बाई ने मेरा, नवें झग्गे लिआंदे आ साडे, ऐं खट्टे भूण बनाता जमा। फिर आपां उहनां नूं मिल के रंग आ बाई जी थोड़े, फिर आपां चलांगे मजूली। मजूली जाण दा सानूं चाह, बहुत खास सोहणी जगह। देखदे आ माहौल अगला, जुड़े रहो। आपां चलदे हाँ गुरद्वारा साहिब वल। इह आ शहर जौहराट, जौहराट दीआं सड़कां। ऐन कहिंदे गभरू तैयार आ जमा। सिकंदर अगे आऊगी निर्मल चरियाली, चरस्ता पऊगा, उतों आपां मुड़ांगे सज्जे हथ। हाँ फिर चलांगे गुरद्वारा साहब। तो उस तों बाद जिहड़ा समान वाधू टंगिया होया साइकलां ते, सारे का सारा कोरीयर करा देना पिंडां नूं, जिन्ना भी समान। कुछ गेंडे लए सी आपां जिहड़े कहा सी रंगा तों होर निक्का सुक्का। पुछ लां माड़ा जिहा इत्थे भी निर्मल चरियाली आ इह। गुवाहाटी तों बाद जिला नगाओं आया सी, गोला घाट सी उह पासे रहि गिआ, निक्के मोटे शहर जाखला बंदा वर्गे आए सी। पर उस तों बाद ये वड्डा शहर आ जौहराट, पूरा रौनक वाला काम आ इत्थे। ते इत्थों 2 किलोमीटर दूर गुरद्वारा साहब जिथे आपां जाणा। आपां पहुँच गए गुरु घर जौहराट, और सामने दरवाजा। अपना नाम बापू जी? मेरा नाम तरलोक सिंह। तरलोक सिंह जी, ठीक। जिला गुरदासपुर। जिला गुरदासपुर ताडा? जिला बठिंडा जी। तुसी कदों दे रहने बापू जी इत्थे? मैनूं 50 साल हो गया। ਤੁਹਾਨੂੰ 50? ਤੁਸੀਂ ਆਏ ਸੀ, ਤੁਹਾਡੇ ਬਜ਼ੁਰਗ ਆਏ ਸੀ? ਬਜ਼ੁਰਗ ਆਏ, ਬਜ਼ੁਰਗਾਂ ਨੂੰ ਤੇ 47 ਦੇ, ਸੰਤਾਲੀ ਤੋਂ 46 ਆਏ ਆ। ਠੀਕ ਹੈ ਜੀ, ਠੀਕ ਹੈ। ਚਲੋ ਮਿਲਦੇ ਹਾਂ ਕੱਲ੍ਹ। ਸਾਨੂੰ ਚਾਹ ਪਾਣੀ ਦੀ ਸੇਵਾ? ਅੱਜ ਰਹੋਗੇ? ਨਹੀਂ ਬਾਪੂ ਜੀ, ਅਸੀਂ ਰਹਿਣਾ ਨਹੀਂ, ਅਸੀਂ ਰਾਤ ਇੱਥੇ ਜੌਹਰਟ ਸੀਗੇ, ਅੱਜ ਅਸੀਂ ਗਾਂ ਜਾਵਾਂਗੇ। ਬਸ ਇੱਥੇ ਆਪਣੇ ਰਾਹ ਦੇ ਵਿੱਚ ਸਾਨੂੰ ਕੁਛ ਮਿਲੇ ਸੀ ਆਪਣੇ ਬੰਦੇ ਇੱਥੋਂ ਦੇ ਜੌਹਰਟ ਦੇ ਕੱਲ੍ਹ, ਤਾਂ ਕਰਕੇ ਫਿਰ ਆਏ ਹਾਂ। ਚਲੋ ਮਿਲ ਲਈਏ, ਮੈਂ ਕਿਹਾ ਉਹਨਾਂ ਨੂੰ ਚਾਹ ਪਾਣੀ ਸੇਵਾ ਕਰੀ। ਹਾਂਜੀ ਬਾਪੂ ਜੀ, ਛਕਦੇ ਹਾਂ, ਛਕਦੇ ਹਾਂ ਚਾਹ ਪਾਣੀ। ਮਿੱਟੀ ਵੀ ਮਹਿਕੀਲੀ ਏ, ਪੱਤਿਆਂ ਦੀ ਖੜਕ ਸੁਰੀਲੀ ਏ। ਲਓ ਜੀ ਪਹੁੰਚ ਗਏ ਆਪਾਂ ਗੁਰੂ ਘਰ। ਇਹ ਆ ਭਾਈ ਪੰਜਾਬ, ਜਿੱਥੇ ਚਲ ਜਾਈਏ ਐਂ ਰੌਣਕਾਂ ਲੱਗ ਜਾਂਦੀਆਂ ਨੇ, ਅਤੇ ਆਪਣੇ ਪੰਜਾਬੀ ਜਿੱਥੇ ਕਿਤੇ ਵੀ ਮਿਲ ਜਾਂਦੇ ਆ। ਚੱਕ ਲਾ ਬਾਈ ਸਿਕੰਦਰ। ਬਾ ਫਤਿਹ ਜੀ। ਵੀਰ ਜੀ ਤੁਹਾਡਾ? ਮੇਰਾ ਨਾਮ ਅੰਮ੍ਰਿਤਪਾਲ ਸਿੰਘ ਹੈ ਜੀ। ਅੰਮ੍ਰਿਤਪਾਲ ਸਿੰਘ ਆਪ ਜੀ ਦਾ ਜੀ? ਮੇਰਾ ਨਾਮ ਸਿਕੰਦਰ ਸਿੰਘ। ਸਿਕੰਦਰ ਸਿੰਘ ਆਪ ਜੀ ਦਾ ਵੀਰ ਜੀ? ਬਲਦੇਵ ਸਿੰਘ ਜੀ। ਵਾਹ ਜੀ ਵਾਹ। ਯੂਟਿਊਬ ਤੇ ਦੇਖਿਆ ਹੋਇਆ, ਸਾਨੂੰ ਐਂ ਕਰਕੇ ਥੋੜਾ ਜਿਹਾ ਕਿਹਾ ਇੰਟਰੋਡਕਸ਼ਨ ਨਹੀਂ ਦੇਣੀ ਪੈਂਦੀ, ਸੌਖਾ ਹੋ ਜਾਂਦਾ। ਬਸ ਵੀਰੇ ਮਾੜਾ ਜਿਹਾ ਪਿਛਲੇ ਚੱਕੇ ਚ ਬਬਲਿੰਗ ਜੀ ਆ, ਵਾਲ ਜਾ ਪਿਆ, ਇਹ ਕਰੀਏ ਆਪਾਂ ਸੈੱਟ। ਨਹੀਂ ਉਹ ਤਾਂ ਠੀਕ ਆ, ਖਰ ਇਹ ਠੀਕ ਆ। ਆਪਾਂ ਜੌਹਰਟ ਬੈਠੇ ਹਾਂ, ਇੱਥੇ DDTC ਤੇ ਜਿਹੜਾ ਸਮਾਨ ਲਿਆ ਸੀ ਉਹ ਕੋਰੀਅਰ ਕਰਨਾ ਆ, ਕੋਲ ਹੀ DDTC ਆ, ਕੋਲ ਹੀ ਸਾਈਕਲ ਵਾਲੇ ਨੇ। ਸਾਈਕਲ ਦੇ ਪਿਛਲੇ ਚੱਕੇ ਦੇ ਵਿੱਚ ਬਿੰਗ ਪਿਆ ਵਾ ਸੀਗਾ, ਬਲ ਪਿਆ ਸੀਗਾ, ਉਹ ਕਢਾਉਣ ਆਏ ਹੋਏ ਹਾਂ। ਆਪਾਂ ਬੈਠੇ ਹਾਂ ਜੌਹਰਟ, ਅਤੇ ਜੌਹਰਟ ਬ੍ਰਹਮਪੁੱਤਰ ਦਰਿਆ ਦੇ ਨੇੜੇ ਆ, ਇੱਕ ਜ਼ਿਲ੍ਹਾ ਇਹ, ਪਹਿਲਾਂ ਸ਼ਿਵ ਸਾਗਰ ਜ਼ਿਲ੍ਹਾ ਸੀ, ਉਹਦਾ ਹਿੱਸਾ ਇਹ ਜੌਹਰਟ। ਅਤੇ ਜੌਹਰਟ ਦਾ ਮਤਲਬ ਹੁੰਦਾ, ਜੌਹਰ ਦਾ ਮਤਲਬ ਹੁੰਦਾ ਟਵਿਨ ਜੌੜੇ, ਅਤੇ ਹੱਟ ਦਾ ਮਤਲਬ ਮੰਡੀ ਹੁੰਦੀ ਆ, ਚਾਹ ਦੀ ਵੱਡੀ ਮੰਡੀ ਆ ਇਹ ਜੌਹਰਟ। ਹੁਣ ਇੱਥੋਂ ਆਹ ਕੰਮ ਕਰਾ ਕੇ ਫਿਰ ਆਪਾਂ ਮਜ਼ੋਲੀ ਵੱਲ ਜਾਵਾਂਗੇ। ਮਜ਼ੋਲੀ ਜਾਣ ਲਈ ਆਪਾਂ ਨੂੰ ਵਾਇਆ ਬਹਾਨਾ, ਅਤੇ ਜਿਹੜੇ ਬਾਈ ਹੋਣੀ ਸੀਗੇ ਇਹ ਆਪਾਂ ਨੂੰ ਜਾਣਦੇ ਸੀ ਯੂਟਿਊਬ ਰਾਹੀਂ ਵਿਚਾਰੇ, ਅਤੇ ਮਦਦ ਹੋ ਗਈ ਇਹਨਾਂ ਨੇ ਗਾਹਾਂ ਮਜ਼ੋਲੀ ਦੇ ਵਿੱਚ ਫੋਨ ਕਰਤਾ ਵੀ ਸਾਡੇ ਬੰਦੇ ਆ ਰਹੇ ਆ, ਤੁਸੀਂ ਇਹਨਾਂ ਨੂੰ ਘੁਮਾ ਦਿਓ, ਮਦਦ ਕਰ ਦਿਓ, ਅਤੇ ਫੈਰੀ ਚੜ੍ਹ ਕੇ ਗਾਹਾਂ ਜਾਵਾਂਗੇ। ਠੀਕ ਹੈ ਸਰ? ਬਿਲਕੁਲ ਸਰ। ਇਹ ਡੱਬੇ ਦੇ ਵਿੱਚ ਸਾਡਾ ਤਿੰਨਾਂ ਦਾ ਸਾਰਾ ਸਮਾਨ ਪਾ ਕੇ ਪੰਜਾਬ ਭੇਜ ਦੇਣਾ, ਇੱਥੋਂ ਕਰਾ ਦੇਣਾ ਕੋਰੀਅਰ।
ਚੌਰਟ ਵਾਲਿਆਂ ਤੋਂ ਸਾਈਕਲ ਦੀ ਟਾਇਰ ਦੀ ਕੈਸਟ ਨਹੀਂ ਖੁੱਲੀ ਹਜੇ ਤੱਕ। ਉਹ ਕਹਿੰਦੇ ਵੀ ਟਾਈਮ ਲੱਗੂਗਾ। ਉਹਨਾਂ ਦੇ ਨਾ ਗੱਭਰੂ ਭਾਜੀ ਲੈਵਲ। ਚਲੋ ਬਾਈ ਬਬਲਦੇਵ ਦੇ ਸਾਈਕਲ ਦਾ ਕੀ ਨਾ ਮੋਬਾਈਲ ਦਾ ਫਾੜ ਲੈਂਦੇ ਹਾਂ ਉਹਨਾਂ ਚਿਰ। ਚੱਕੇ ਚੋਂ ਫਾਲਟ ਕਢਾ ਲਿਆ ਤੇ ਹੁਣ ਕਰੀ ਜਾਂਦੇ ਹਾਂ ਫਿੱਟ। ਚੌਰਟ ਦੇ ਵਿੱਚ 250-300 ਸਿੱਖ ਪਰਿਵਾਰ ਰਹਿੰਦਾ। ਸਰਦਾਰ ਕਲੋਥ ਹਾਊਸ, ਅੱਗੇ ਵੀ ਸਰਦਾਰ ਫੈਸ਼ਨ, ਸਰਦਾਰ ਬਰੋਸ, ਇਹੋ ਜਿਹੇ ਦੁਕਾਨਾਂ ਨੇ ਤੇ ਇੱਧਰ ਗੁਰੂ ਨਾਨਕ ਸਟੋਰ। ਫਰੇਮ 'ਚ ਦਿਸਦੇ ਬਾਈ ਹੁਣਾਂ ਦਾ ਨਾਮ ਆ ਹਰਪ੍ਰੀਤ ਸਿੰਘ ਅਤੇ ਇੱਥੋਂ ਦੇ ਰਹਿਣ ਵਾਲੇ ਆ। ਇਹਨਾਂ ਤੋਂ ਆਪਾਂ ਸਾਈਕਲ ਠੀਕ ਕਰਾਇਆ ਬਾਈ ਹੁਣਾਂ ਦਾ, ਬਹੁਤ ਬਹੁਤ ਧੰਨਵਾਦ। ਅਤੇ ਹੁਣ ਅਸੀਂ ਇੱਥੇ ਪਹੁੰਚੇ ਹਾਂ, ਇੱਥੇ ਜੌਰਟ ਦੇ ਵਿੱਚ ਹੀ ਆ ਇੱਕ ਰੈਸਟੋਰੈਂਟ। ਹੁਣ ਇੱਥੇ ਰੋਟੀ ਖਾ ਕੇ ਫਿਰ ਮਜੌਲੀ ਵੱਲ ਨੂੰ ਅੱਗੇ ਵਧਾਂਗੇ। ਥੈਂਕ ਯੂ ਬਾਈ। ਹਾਂਜੀ ਭਾਅ ਜੀ, ਓਕੇ ਆ। ਇੰਨਾ ਰਸ਼ ਰਖਾ ਕੇ ਨਾ, ਨਾਲ ਦੇ ਕਹਿੰਦੇ ਵੀ ਸਾਈਕਲਿੰਗ ਕਰ ਤੇ ਸਰੀਰ ਕਹਿੰਦਾ ਸੌਂਕਲਿੰਗ ਕਰ। ਚੰਗਾ ਵੀਰੇ, ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ। ਕਰਤਾ ਸਫ਼ਰ ਸ਼ੁਰੂ ਮਜ਼ੋਲੀ ਵੱਲ ਨੂੰ ਅਤੇ ਮਜ਼ੋਲੀ ਜਿੱਥੋਂ ਆਪਾਂ ਜਾ ਕੇ ਫੈਰੀ ਫੜਨੀ ਆ ਉਹ ਜਗ੍ਹਾ ਇੱਥੋਂ 11-12 ਕਿਲੋਮੀਟਰ ਦੂਰ ਆ। ਬਸ 2-3 ਮੁੜ ਕੇ ਟ੍ਰੈਫਿਕ ਵੱਜਦੀ ਜਾਣਾ ਪੈਣਾ, ਸ਼ਹਿਰ ਵਾਹਵਾ ਵੱਡਾ। ਇੱਥੇ ਆ ਹੱਥ ਰੇਹੜੀਆਂ ਚੱਲਦੀਆਂ ਨੇ ਅਤੇ ਉਹ ਪੁਲਿਸ ਮੁਲਾਜ਼ਮ ਸਾਂਭਦਾ। ਖੱਟੇ ਬੈਗ ਲਿਆਉਣ ਨੂੰ ਫਿਰਦਾ ਸੀ ਇਹਨੇ ਮਾਰਤੇ ਸੀ ਜਮੀ। ਐ ਸੱਪ ਦੀ ਕੰਜ ਅਰਗੇ ਹੈਗਾ ਸਿਕੰਦਰ ਦੇ, ਚਿਲਕਦੇ ਆ ਦੂਰੋਂ। ਮਜ਼ਲੀ ਇੱਥੋਂ 10 ਕਿਲੋਮੀਟਰ ਆ ਜਿੱਥੋਂ ਆਪਾਂ ਬੇੜਾ ਫੜਨਾ। ਚੁੱਭਰ ਆ ਗਈ ਗਰਮੀ ਤੇ ਕਹਿੰਦੇ ਹੁਣ ਉੱਪਰ ਲਾ ਦੇਣੇ ਆ। ਉੱਪਰ ਲਾ ਕੇ ਥੱਲੋਂ ਕੀ ਨਿਕਲਦਾ, ਥੱਲੋਂ ਨਿਕਲਾਂਗੇ ਕਿਰੇ ਤੁੰਮੇ ਅਰਗੇ। ਓਏ ਹੋਏ ਬਰਾਨੀ ਵਾਲੇ ਤੁੰਮੇ ਪਏ ਹੁੰਦੇ ਨਾ ਕਿਰੇ ਕੁੱਦਾ, ਜੇ ਉਹ ਜੰਮਿਆ ਰੰਗੜੀ ਪਾਇਆ ਸੀਗਾ। ਇਹ ਰੰਗ ਪਵਾਇਆ ਕਿੰਨੇ ਆ ਕਹਿੰਦੇ ਢੁੱਡੀ ਵਾਲੇ ਨੇ, ਕਹਿੰਦੇ ਕਹਿੰਦੇ ਭੂੰਡ ਬਣਾ ਤੇ ਤੇ ਮਗਰ ਪੰਜਾਬ ਕਿਉਂ ਮੁੰਡੇ ਕਹਿੰਦੇ ਹੁਣ ਪੰਜਾਬ ਨੂੰ ਰੀਪ੍ਰੈਜੈਂਟ ਕਰਨਗੇ ਕਿਉਂ ਜੀ। ਡੈਫੀਨੇਟਲੀ ਗਾਇਸ ਡੈਫੀਨੇਟਲੀ, ਇੱਥੇ ਭਾਈ ਇੰਨੀ ਵੜ ਫਿਰਦੇ ਤੇ ਨਾ ਤਾਂ ਕੋਈ ਦੇਵ ਨੂੰ ਜਾਣਦਾ ਨਾ ਕੋਈ ਹੋਰ ਨਿੱਕੀ ਜਰੂਰੀ, ਇੱਥੇ ਤੇ ਕੋਈ ਪੁੱਛਦਾ ਉਹਨੂੰ ਐਂ ਕਹਿਣਾ ਪੈਂਦਾ ਕਿ ਬਾਈ ਪੰਜਾਬ ਤੋਂ ਆਏ ਆ, ਬਸ ਗੱਲ ਮੁੱਕ ਜਾਂਦੀ ਹੈ। ਬਸ ਸਹੀ ਆ ਨਾ, ਨਾਈਸ। ਇਹ ਦੇਖ ਲਓ ਭੂੰਡ। ਹਾਂ ਮਜ਼ੋਲੀ ਨੂੰ ਆ ਰਾਹ ਜਾਂਦਾ, ਸੜਕ ਬਣਦੀ ਆ, ਬੱਜਰ ਪਾਇਆ ਵਾ ਉੱਤੇ ਤੇ ਇੱਧਰ ਸਾਰੇ ਪੈਲੀ ਖਾਲੀ ਪਈ ਆ ਵਾਹ ਝੋਨੇ ਤੋਂ ਬਾਅਦ। ਇੱਥੋਂ ਸ਼ੁਰੂ ਹੋ ਜਾਂਦਾ ਬ੍ਰਹਮਪੁੱਤਰ। ਹਾਰਟਲੀ ਵੈਲਕਮ ਟੂ ਮਜ਼ੋਲੀ। ਦਰਿਆ ਬ੍ਰਹਮਪੁੱਤਰ ਦੇ ਬਿਲਕੁਲ ਕੰਢੇ ਪਹੁੰਚ ਗਏ ਆਪਾਂ। ਇੱਥੇ ਥਾਂ ਥਾਂ 'ਤੇ ਫੈਰੀ ਸਰਵਿਸ ਲਿਖਿਆ ਹੋਇਆ, ਫੈਰੀਆਂ ਚੱਲਦੀਆਂ ਨੇ। ਇਨਲੈਂਡ ਵਾਟਰਵੇਜ਼ ਅਥਾਰਟੀ ਆਫ ਇੰਡੀਆ। ਹੁਣ ਇੱਥੋਂ ਕਿਸੇ ਫੈਰੀ ਦੀ ਟਿਕਟ ਲੈਂਦੇ ਹਾਂ ਅਤੇ ਦਰਿਆ ਬ੍ਰਹਮਪੁੱਤਰ ਨੂੰ ਪਾਰ ਕਰਦੇ ਹਾਂ ਅਤੇ ਇੱਧਰ ਆਪਣੇ ਮੁੰਡੇ ਜਗੀ ਜਾਂਦੇ ਆ, ਦੇਵ ਸਿਕੰਦਰ ਅਤੇ ਮਜ਼ੋਲੀ। ਕਮਲਾਬਾੜੀ ਜਾਣ ਲਈ ਇੱਥੋਂ ਟਿਕਟ ਮਿਲਦੀ ਆ ਮਜ਼ੋਲੀ ਵੱਲ ਜਾਣ ਲਈ, 25 ਰੁਪਏ ਇੱਕ ਜਣੇ ਦੀ ਫੈਰੀ ਦੀ ਟਿਕਟ। ਆਹ ਸਾਹਮਣੇ ਜਿੰਨੀ ਲਾਈਨ ਲੱਗੀ ਹੋਈ ਆ, ਭੀੜ ਆ, ਇਹ ਸਾਰੀ ਮਜ਼ੋਲੀ ਨੂੰ ਜਾਣ ਵਾਲਿਆਂ ਦੀ ਆ। ਫੈਰੀ ਦੀਆਂ ਟਿਕਟਾਂ ਖਰੀਦ ਰਹੇ ਆ ਦਰਿਆਈ ਬੇੜੇ ਦੀਆਂ। ਆਏ ਹਾਂ ਜਾਂ ਪਰ ਪਹਿਲੀ ਵਾਰ ਆਏ ਹਾਂ। ਹਾਂ ਇਹ ਜਿੱਥੇ ਆਪਾਂ ਖੜ੍ਹੇ ਹਾਂ ਇਸ ਘਾਟ ਦਾ ਨਾਮ ਆ ਨਿਮਾਟੀ ਘਾਟ ਅਤੇ ਜਿਹੜਾ ਕਮਲਾਬਾੜੀ ਆ ਜਿਹੜਾ ਜੋ ਜੇ ਫੇਰੀ ਆ ਜਹਾਂ ਜਾ ਕਰ ਲੱਗੇਗੀ ਉਸਕੋ ਕਮਲਾਬਾੜੀ ਕਹਿੰਦੇ ਹੈ। ਠੀਕ ਆ, ਤੋ ਜੋ ਵੋ ਸਾਰਾ ਆਈਲੈਂਡ ਆ ਵੋ ਮਜ਼ੋਲੀ ਆ। ਮਜ਼ੋਲੀ ਆਈਲੈਂਡ ਦਾ ਨਾਮ ਆ
ਮਜ਼ੌਲੀ ਹੁਣੇ ਹੁਣੇ ਜ਼ਿਲ੍ਹਾ ਬਣਿਆ ਜੌਰਹਟ ਨਾਲੋਂ ਟੁੱਟ ਕੇ ਅਤੇ ਉਹ ਜ਼ਿਲ੍ਹਾ ਉੱਧਰ ਨੂੰ ਜਾਵਾਂਗੇ ਆਪਾਂ ਨਿਮਾਟੀ ਤੋਂ ਉਹ ਵਾਲੀ ਫੇਰੀ ਜਾਏਗੀ ਠੀਕ ਹੈ ਬਿਜਲੀ ਦੇ ਬਿੱਲ ਵਰਗੀ ਰਸੀਦ ਕੱਢ ਕੇ ਦਿੱਤੀ ਇਹਨਾਂ ਨੇ ਅੱਛਾ ਫਰੋਮ ਨਿਮਾਟੀ ਟੂ ਕਮਲਾਬਾੜੀ ਕਮਲਾਬਾੜੀ ਉਹ ਕੀ ਕਹਿੰਦੇ ਹੁੰਦੇ ਆ ਯਾਰ ਉੱਧਰ ਜਿੱਥੇ ਜਾ ਕੇ ਲੱਗਣਾ ਨਾ ਇਹਨੇ ਉਹਨੂੰ ਕਮਲਾਬਾੜੀ ਕਹਿੰਦੇ ਮੈਂ ਕਰ ਲਈ ਗੱਲ ਮੁੰਡਿਆਂ ਨਾਲ ਬਲਦੇਵ ਸਿੰਘ ਨੇ ਇਹ ਪਰਚੀ ਦੇਖ ਕੇ ਬਹੁਤ ਖੁਸ਼ ਹੋਣਾ ਪਤਾ ਕਿਹੜੀ ਗੱਲ ਆਪਣੀ ਉਮਰ 30 ਬਲਦੇਵ ਸਿੰਘ 30 ਨਹੀਂ ਨਹੀਂ ਇਹ 10 ਸਾਲ ਘਟਾ ਗਏ ਆਹ ਆਪਾਂ ਨੂੰ ਆਸਾਮ ਦੇ ਮੁੰਡੇ ਮਿਲੇ ਆ ਇਹ ਵੀ ਸਾਈਕਲ ਚਲਾ ਰਹੇ ਆ ਕਿੱਧਰ ਖੜਾ ਹੋਰ ਖੜੇ ਆ ਸਾਈਕਲ ਇਹਨਾਂ ਦੇ ਅਤੇ ਸਾਨੂੰ ਗੱਲਾਂ ਬਾਤਾਂ ਕੀਤੀਆਂ ਅਤੇ ਹੁਣ ਬਾਈ ਹੁਣੀ ਕਹਿੰਦੇ ਤੁਹਾਨੂੰ ਪਾਣੀ ਦੇਣਾ ਅਸੀਂ ਧੰਨਵਾਦ ਬਾਈ ਸਾਹਿਬ ਬਹੁਤ ਬਹੁਤ ਧੰਨਵਾਦ ਲਵ ਯੂ ਆਲ ਥੈਂਕ ਯੂ ਵੀਰੇ ਥੈਂਕ ਯੂ ਬਾਈ ਓਕੇ ਉਹ ਸਾਹਮਣੇ ਜਿਹੜਾ ਛਿਪਕੜਾ ਉਹਦਾ ਨਾਮ ਆ ਐਮ ਵੀ ਇੰਦਰਾ ਆਪਣੇ ਟਿਕਟ ਦੇ ਉੱਤੇ ਵੀ ਐਮ ਵੀ ਇੰਦਰਾ ਲਿਖਿਆ ਹੋਇਆ ਅਤੇ ਉਹਦੇ ਵਿੱਚ ਚੜ੍ਹਨਾ ਆਪਾਂ ਅਤੇ ਉਦੋਂ ਪਹਿਲਾਂ ਕਹਿੰਦੇ ਵੀ ਤੁਸੀਂ ਆਓ ਉੱਥੇ ਨਾਂ ਲਿਖਾ ਕੇ ਆਓ ਸਿਕੰਦਰ ਉੱਧਰ ਨਾਮ ਲਿਖਾਉਣ ਗਿਆ ਹੋਇਆ ਮੋਟਰਸਾਈਕਲ ਤਾਂ ਸਾਰੇ ਸਾਧਨ ਵਿੱਚ ਲੱਦੇ ਜਾ ਰਹੇ ਆ ਅੱਜ ਸਾਈਕਲ ਨੂੰ ਝੂਟਾ ਦਿਵਾਉਣੇ ਆ ਬੇੜੇ ਦਾ ਲਓ ਜੀ ਚੜ੍ਹ ਗਏ ਆਪਣੇ ਸਾਈਕਲ ਅੱਜ ਐਮ ਵੀ ਇੰਦਰਾ 'ਚ ਠੀਕ ਆ ਬਾਈ ਠੀਕ ਆ ਸਰ ਜੀ ਲਓ ਬਾਈ ਚੱਲ ਪਿਆ ਇਹ ਸੰਦਾ ਐਮ ਵੀ ਇੰਦਰਾ ਨੂੰ ਦੇਤਾ ਗੇੜਾ ਇਹਨਾਂ ਨੇ ਇਹ ਬਾਈ ਇਹ ਉਹ ਆ ਫੈਰੀ ਆ ਇਹ ਫੈਰੀ ਹੈ ਫੇਰੇ ਦੜੀ ਦੇ ਐਵੇਂ ਲਾਂਗੜ ਚੱਕੀ ਫਿਰਦੇ ਨੇ ਆਓ ਅਸੀਂ ਭਾਰਤੀ ਅੰਤਰਰਾਸ਼ਟਰੀ ਜਲ ਮਾਰਗ ਪ੍ਰਾਧਿਕਰਨ ਚੰਗਾ ਵੀਰੇ ਅਸੀਂ ਚੱਲੇ ਹਾਂ ਹੁਣ ਤੂੰ ਪਿੱਛੇ ਰਹਿ ਗਿਆ ਸਾਡੇ ਤੋਂ ਸਿਕੰਦਰ ਇੱਕ ਮਿੰਟ ਆਹ ਕੀ ਸੰਦਾ ਹੈ ਇਹਨੂੰ ਲੰਗਰ ਨੀ ਕਹਿੰਦੇ ਸ਼ਾਇਦ ਲੰਗਰ ਵੀ ਕਹਿੰਦੇ ਆ ਸ਼ਾਇਦ ਫੈਰੀ ਦੇ ਅੰਦਰ ਬੈਠਣ ਲਈ ਕੁਰਸੀਆਂ ਲੱਗੀਆਂ ਹੁੰਦੀਆਂ ਤੇ ਬਹੁਤੇ ਆ ਜਿਹੜੇ ਉਹ ਅੰਦਰ ਬੈਠੇ ਆ ਥੋੜੇ ਆ ਜਿਹੜੇ ਉਹ ਬਾਹਰ ਖੜੇ ਆ ਤੇ ਜਿਨ੍ਹਾਂ ਨੂੰ ਚਾਹ ਜਿਹੜੇ ਇਹਨਾਂ ਬੇੜਿਆਂ ਦੇ ਵਿੱਚ ਸਾਡੇ ਵਰਗੇ ਪਹਿਲੀ ਵਾਰੀ ਚੜ੍ਹਦੇ ਆ ਉਹਨਾਂ ਨੇ ਤਾਂ ਫਿਰ ਬਹਿਣਾ ਹੀ ਕੀ ਆ ਉਹ ਤਾਂ ਫਿਰ ਬਾਹਰ ਹੀ ਗੇੜੇ ਦੇਣਗੇ ਨਾ ਹੁਣ ਅਤੇ ਬੇੜੇ ਦਾ ਡਰਾਈਵਰ ਬਾਈ ਉਹ ਬੈਠਾ ਉਹ ਚਲਾਉਂਦਾ ਇਹਨੂੰ ਅਤੇ ਤਾਂ ਹਾਂ ਉਹ ਘੁੱਗੀਆਂ ਘੁੱਗੀ ਜਾਂਦੀਆਂ ਆਪ ਜਹਾਂ ਕੇ ਰਹਿਣੇ ਵਾਲੇ ਹੋ ਲਖੀਮਪੁਰ ਡਿਸਟ੍ਰਿਕਟ ਆ ਤੋ ਤਬ ਜਬ ਬਾੜ ਆਤੀ ਹੈ ਬ੍ਰਹਮਪੁੱਤਰ ਦਰਿਆ ਭਰ ਜਾਤਾ ਜੋ ਜੋ ਟਾਪੂ ਦਿਸ ਰਿਹਾ ਹੈ ਨਜ਼ਦੀਕ ਵਾਲਾ ਜੇ ਡੂਬ ਜਾਤਾ ਠੀਕ ਹੈ ਜਿਹੜਾ ਆਪਾਂ ਇਹ ਸਫ਼ਰ ਕਰ ਰਹੇ ਹਾਂ ਇਹ ਆਪਾਂ ਇੱਥੋਂ ਚੱਲੇ ਹੋਏ ਹਾਂ ਜੌਰਹਟ ਵੱਲੋਂ ਕਮਲਾਬਾੜੀ ਜਾਣਾ ਮਜ਼ੌਲੀ ਆਈਲੈਂਡ 'ਤੇ ਇਹ ਸਫ਼ਰ ਇੱਕ ਕਿਲੋ ਇੱਕ ਘੰਟੇ ਦਾ ਸਫ਼ਰ ਆ ਪੂਰਾ ਇਹ ਅਤੇ ਆਹ ਜਿਹੜਾ ਸਾਰਾ ਹੈਗਾ ਇਹ ਬ੍ਰਹਮਪੁੱਤਰ ਦਰਿਆ ਅਤੇ ਬ੍ਰਹਮਪੁੱਤਰ ਦਰਿਆ ਜਦੋਂ ਭਰਿਆ ਹੁੰਦਾ ਇਹ ਸਾਰੇ ਟਾਪੂ ਡੁੱਬੇ ਹੁੰਦੇ ਨੇ ਸੋਹਣਾ ਸਫ਼ਰ ਹੈ ਸੋਹਣਾ ਨਵਾਂ ਤਜ਼ਰਬਾ ਪਹਿਲੀ ਵਾਰੀ ਸਾਈਕਲ ਅਸੀਂ ਇੱਕ ਬੇੜੇ 'ਤੇ ਲੱਦੇ ਆ ਬਹੁਤੇ ਸਿਆਣੇ ਤਾਂ ਜਿਹੜੇ ਉਹ ਟਿਕ ਕੇ ਬੈਠੇ ਆ ਪਰ ਸਾਨੂੰ ਅੱਜ ਟਿਕਣ ਕਿੱਥੇ ਸਾਨੂੰ ਅਸੀਂ ਸਾਈਕਲ ਵਿਚਾਲੇ ਲਿਆ ਕੇ ਫੋਟੋ ਖਿੱਚ ਲੈਂਦੇ ਹਾਂ ਸਾਡਾ ਬੱਸ ਚੱਲੇ ਅਸੀਂ ਉਹ ਲਾਲ ਲਾਈਟ ਕੋਲੇ ਲੈ ਜਾਈਏ ਤਾਂ ਸਾਨੂੰ ਚਾਹ ਅੱਜ ਐਮ ਵੀ ਇੰਦਰਾ ਲੈ ਵੀ ਸਿਕੰਦਰਾ ਹੁਣ ਸੁਣਾ ਦੇ ਇੱਕ ਗਾਣਾ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਓ ਵਿਛੜੇ ਨੀਰਾਂ ਦਾ ਸਾਡਾ ਹੰਜ ਦੀ ਜੂਨੇ ਆਇਆਂ ਦਾ ਸਾਡਾ ਦਿਲ ਚਲਿਆ ਦਿਲਗੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਕਿਆ ਬਾਤ ਹੈ ਨੌਰਥ ਈਸਟ ਇੰਡੀਆ ਆਸਾਮ ਜੌਰਹਟ ਮਜ਼ੌਲੀ ਅਤੇ ਸ਼ਿਵ ਕੁਮਾਰ ਬਟਾਲਵੀ ਕਿਆ ਬਾਤ ਹੈ ਕੰਬੀਨੇਸ਼ਨ ਇੱਕ ਜਾਂ ਬੇੜਾ ਉਹ ਆਉਂਦਾ ਸਮੁੰਦਰੀ ਬੇੜਾ ਦਰਿਆਈ ਅਤੇ ਉਹ ਸਾਹਮਣੇ ਇੱਕ ਹੋਰ ਟਾਪੂ ਆ ਇਹ ਟਾਪੂ ਤਾਂ ਆਪਾਂ ਇੱਧਰ ਨੂੰ ਮੁੜੀ ਜਾਂਦੇ ਹਾਂ ਬਲਦੇਵ ਬਾਈ ਹਾਂ ਬਿਲਕੁਲ ਅਤੇ ਭਾਅ ਜੀ ਹੁਣੀ ਇੱਥੇ ਐਂ ਬੈਠੇ ਨੇ ਕਿਆ ਬਾਤ ਹੈ ਚਿਹਰੇ ਦਾ ਨੂਰ ਕਿਵੇਂ ਆ ਵੀਰੇ ਇੰਨਾ ਇਹ ਰੂਹਾਨੀਅਤ ਆ ਅੱਛਾ ਬਾਅਦ 'ਚ ਪਵਾਇਆ ਇਹ ਐਕਸਟਰਾ ਆਰਡੀਨਰੀ ਹੈ ਜਦੋਂ ਚੜ੍ਹੇ ਸੀ ਨਾ ਚੋਬਰ ਚਾਈ ਚਾਈ ਫੋਟਵਾਂ ਫਟਵਾਂ ਖਿਚਾਲੀਆਂ ਹੁਣ ਦਰਿਆ ਹੀ ਆ ਸਾਰੇ ਪਾਸੇ ਪਾਣੀ ਪਾਣੀ ਆ ਅਤੇ ਪਾਲਾ ਲੱਗਣ ਲੱਗ ਗਿਆ
ਅਸੀਂ ਟਾਈਮ ਨਾਲ ਜੈਕਟ ਪਾ ਲਈ ਤੇ ਭਾਜੀ ਹੁਣੀ ਹੁਣ ਕੱਢੀ ਆ ਸਰ ਉਹ ਤੇਰੀਆਂ ਐਨਕਾਂ ਵੱਲ ਨੀ ਝਾਕਿਆ ਨੀ ਜਾਂਦਾ ਓਏ ਅੱਖਾਂ ਚ ਵੱਜਦੀਆਂ ਕਿਆ ਬਾਤ ਹੈ ਜ਼ੁਲਮੀ ਬੱਚਾ ਬਣ ਗਿਆ ਪੈਰ ਪੂਰ ਨਾ ਧਰੀਏ ਤੇ ਫਿਰ ਹਜ਼ਾਰ ਲਵਾਏਗਾ ਬੇੜੇ ਚ ਐਸਲੋਟ ਮੋਟਰਸਾਈਕਲ ਲੱਦੇ ਹੋਏ ਆ ਕੋਈ ਹਿੱਲ ਜੁਲ ਨਹੀਂ ਹੁੰਦੀ ਇਹਦੀ ਕੋਈ ਹੌਂਕਾ ਨਹੀਂ ਮਾਰਦਾ ਕੋਈ ਝੋਲਾ ਨਹੀਂ ਮਾਰਦਾ ਟਿਕਿਆ ਜਾਂਦਾ ਹੈ ਤੇ ਲੋਕ ਲੁਤਫ ਲੈ ਰਹੇ ਆ ਆਲੇ ਦੁਆਲੇ ਦਾ ਗੱਲਾਂ ਕਰ ਰਹੇ ਆਪਸ ਦੇ ਵਿੱਚ ਲੱਗਦਾ ਵੀ ਬੇੜਾ ਪਹੁੰਚ ਰਿਹਾ ਹੁਣ ਪਹੁੰਚ ਗਿਆ ਸਮਝੋ ਕਮਲਾ ਬਾੜੀ ਅਤੇ ਇੱਧਰ ਜਿਹੜਾ ਟਾਪੂ ਆ ਨਿੱਕੇ ਨਿੱਕੇ ਟਾਪੂ ਹੋਰ ਤਰ੍ਹਾਂ ਦੇ ਨੇ ਇਹ ਤਾਂ ਡੁੱਬ ਜਾਂਦੇ ਆ ਜਦੋਂ ਬ੍ਰਹਮਪੁੱਤਰ ਭਰ ਜਾਂਦਾ ਅਤੇ ਸਾਹਮਣੇ ਇੱਕ ਬੇੜਾ ਉੱਧਰੋਂ ਆਉਂਦਾ ਸਾਹਮਣੇ ਕਮਲਾ ਬਾੜੀ ਜਿੱਥੇ ਜਾ ਕੇ ਜਹਾਜ਼ ਨੇ ਰੁਕਣਾ ਫੈਰੀ ਫੂਰੀ ਆ ਇਹ ਉਹਦੇ ਥੱਲੇ ਆਉਂਦੇ ਸੀ ਆਈ ਐਸ ਐਫ ਹਨਾ ਸੈਂਟਰਲ ਯੂਨੀਵਰਸਿਟੀ ਸਕਿਉਰਿਟੀ ਫੋਰਸ ਦੂਜਾ ਘਾਟ ਉੱਥੇ 20 ਕਿਲੋਮੀਟਰ ਵੱਡ ਉੱਥੇ ਜਾਣਾ ਦੂਜਾ ਕਿਹੜਾ ਕੰਗਣਾ ਘਾਟ ਕੰਗਣਾ ਉੱਥੇ ਕਿਹੜਾ ਉਹ 20 ਕਿਲੋਮੀਟਰ ਹੈ ਦੇਖਦੇ ਆ ਆਪਾਂ ਨੂੰ ਇੱਥੋਂ 10 ਕਿਲੋਮੀਟਰ ਸਾਈਕਲ ਚਲਾਉਣਾ ਪੈਣਾ ਟਾਪੂ ਦੇ ਉੱਤੇ ਫਿਰ ਜਾ ਕੇ ਆਪਾਂ ਨੂੰ ਮਜ਼ੌਲੀ ਮਿਲਣਾ ਐਂ ਟੱਕਰ ਲਾ ਕੇ ਉਹਦੇ ਨਾਲ ਅਤੇ ਬੇੜਾ ਖੜ ਗਿਆ ਹੁਣ ਇੱਧਰ ਦੇ ਪਾਸਿਓਂ ਖੋਲ੍ਹ ਦੇਣਗੇ ਤਖਤਾ ਸੈਲਫ ਮਾਰਨ ਲੱਗ ਗਏ ਮੋਟਰਸਾਈਕਲਾਂ 'ਤੇ ਤਾਂ ਟੋਟਲ ਪੈਸੈਂਜਰ ਅਲਾਊਡ ਐਨ ਬੋਰਡ 100 ਚਲੋ ਬਾਈ ਹੋ ਗਿਆ ਬੇੜਾ ਵਿਹਲਾ ਉੱਤਰ ਕੇ ਸਾਰੇ ਮੋਟਰਸਾਈਕਲ ਸਾਰੇ ਇੱਧਰ ਨੂੰ ਆ ਗਏ ਉਹ ਉੱਥੇ ਬਹਿ ਕੇ ਚਾਹ ਪੀ ਕੇ ਹੁਣ ਗਾਂਹ ਨੂੰ ਚੱਲਾਂਗੇ ਚਲੋ ਇੱਥੇ ਸਾਹਮਣੇ ਇੱਕ ਕੈਂਟਰ ਬਣਿਆ ਹੋਇਆ ਕਾਊਂਟਰ ਬਣਿਆ ਹੋਇਆ ਅਤੇ ਉੱਥੇ ਵੈਕਸੀਨ ਚੈੱਕ ਕਰਦੇ ਜੀ ਦੋਵੇਂ ਡੋਜ਼ਾਂ ਲੱਗੀਆਂ ਨੇ ਫਿਰ ਜਾਣ ਦਿੰਦੇ ਅੱਗੇ ਸਕਰੀਨ ਸ਼ੋਟ ਦਿਖਾਤੇ ਇਹਨਾਂ ਨੂੰ ਬੇੜੇ ਤੋਂ ਉੱਤਰ ਕੇ ਚਾਹ ਪੀ ਕੇ ਆਪਾਂ ਮਜ਼ੌਲੀ ਵੱਲ ਨੂੰ ਚੱਲੇ ਹਾਂ ਅਤੇ ਸੁਣਨ ਦੇ ਵਿੱਚ ਆਇਆ ਵੀ ਜਿਹੜਾ ਸਫ਼ਰ ਆਪਾਂ ਬੇੜੇ 'ਤੇ ਕਰਕੇ ਆਏ ਹਾਂ ਇੱਥੇ ਪੁਲ ਵੀ ਬਣ ਰਿਹਾ ਚੌਰਾਹੱਟ ਨੂੰ ਮਜ਼ੌਲੀ ਦੇ ਨਾਲ ਸਿੱਧਾ ਜੋੜ ਰਹੇ ਆ ਪਰ ਉਹ ਪੁਲ ਕਿੰਨੇ ਸਮੇਂ 'ਚ ਬਣੂਗਾ ਇਹ ਗੱਲ ਦਾ ਹਜੇ ਕੋਈ ਪਤਾ ਨਹੀਂ ਪਰ ਸ਼ੁਰੂ ਕੀਤਾ ਹੋਇਆ ਇੰਨੀ ਕੁ ਗੱਲ ਜ਼ਰੂਰ ਸਮਝ ਆਉਂਦੀ ਆ ਕੱਚਾ ਰਾਹ ਹੋਊਗਾ ਮਜ਼ੌਲੀ ਵੱਲ ਨੂੰ ਚੱਲਦੇ ਹਾਂ ਵੇਖਦੇ ਹਾਂ ਅਗਲਾ ਮਾਹੌਲ ਜਿਸ ਜਗ੍ਹਾ 'ਤੇ ਆਪਾਂ ਹੁਣ ਸਫ਼ਰ ਕਰੀ ਜਾਂਦੇ ਹਾਂ ਕੱਚੀ ਸੜਕ ਆ ਸਿਕੰਦਰ ਆਈ ਜਾਂਦਾ ਇਹ ਸਾਰਾ ਟਾਪੂ ਆ ਟਾਪੂ ਜੇ ਸੌਖਾ ਦੱਸਣਾ ਹੋਵੇ ਤਾਂ ਉਹ ਜਗ੍ਹਾ ਜਿਹੜੀ ਸਾਰੇ ਪਾਸਿਓਂ ਪਾਣੀ ਨਾਲ ਘਿਰੀ ਹੁੰਦੀ ਆ ਅੰਗਰੇਜ਼ੀ 'ਚ ਆਈਲੈਂਡ ਕਹਿ ਦਿੰਦੇ ਆ ਅਤੇ ਇਹ ਟਾਪੂ ਜਦੋਂ ਦਰਿਆ ਚੜ੍ਹਿਆ ਹੁੰਦਾ ਤਾਂ ਆਹ ਸਾਰਾ ਥਾਂ ਡੁੱਬਿਆ ਹੁੰਦਾ ਉਦੋਂ ਬੇੜਿਆਂ ਨੂੰ ਇਹ ਤੋਂ ਵੀ ਗਾਂਹ ਜਾਣਾ ਪੈਂਦਾ ਮਜ਼ੌਲੀ ਦੇ ਹੋਰ ਨੇੜੇ ਜਾਣਾ ਪੈਂਦਾ ਅਤੇ ਹੁਣ ਜਿਹੜਾ ਕੱਚਾ ਰਾਹ ਆਪਾਂ ਇੰਨੀ ਕੁ ਵਾਟ ਆਪਾਂ ਸਾਈਕਲ 'ਤੇ ਕੱਢ ਲਾਂਗੇ ਉਹ ਜਾਈ ਜਾਂਦੇ ਦੋਵੇਂ ਜਣੇ ਮੂਹਰੇ ਚੱਲਦੇ ਹਾਂ ਆਪਾਂ ਵੀ ਮਜ਼ੌਲੀ ਵੜਦੇ ਹਾਂ ਮੁੰਡੇ ਖੇਡੀ ਜਾਂਦੇ ਆ ਆਪ ਕੈਸੇ ਹੋ ਅੱਛਾ ਜੇ ਮਜ਼ੌਲੀ ਹੈ ਵੈਲਕਮ ਟੂ ਮਜ਼ੌਲੀ ਲਿਖਿਆ ਹੋਇਆ ਹਨਾ ਤੋ ਮਜ਼ੌਲੀ ਡਿਸਟ੍ਰਿਕਟ ਹੈ ਤੋ ਇਸਮੇ ਕਿਤਨੇ ਗਾਂਵ ਹੈ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਹਜ਼ਾਰ ਸੇ ਵੀ ਜ਼ਿਆਦਾ ਹੈ ਸੋ ਜੇ ਸਾਰਾ ਕਾ ਸਾਰਾ ਜਗ੍ਹਾ ਪਾਣੀ ਸੇ ਗਿਰਾ ਹੁਆ ਹੈ ਸਾਰੇ ਬਾਉਂਡਰੀ ਪਾਣੀ ਮੇ ਹੈ ਠੀਕ ਹੈ ਬਾਈ ਚਲੋ ਯਹਾਂ ਪਰ ਕਾਲਜ ਵੀ ਹੈ ਇੱਕ ठीक है तो लॉजिंग के लिए किधर होगा रहने के लिए है कुछ ठिकाना कितनी दूर है यहाँ से ज्यादा नहीं है 2-3 किलोमीटर होगा ऐसे सड़क जो पक्की सड़क शुरू हो गई अब ठीक है अच्छा एक बात और बताओ यार यहाँ एक यादव प्यांग नाम के आदमी है फॉरेस्ट मैन है जो उधर में नदी के उस पार नदी के उस पार है अगर उनसे मिलना हो तो उस पार जाना पड़ेगा जॉयरोड की तरफ हाँ जॉयरोड की तरफ तो उधर से तो हम आ गए पहले हमें था कहीं यही है वो तो यही नहीं है हाँ। मजली एरिया पड़ता है लेकिन मजली नहीं है इस सब में नहीं ठीक है चलो धन्यवाद ठीक है थैंक यू एक कर दिया स्वागत कहते वेलकम टू मजली यह मजली दे पिंड स्टेट बैंक ऑफ इंडिया सारिया सारे सारा कुछ ही है देव सिकंदर
ਇਧਰ ਆ ਘਰ ਬਣੇ ਹੋਏ ਆ ਉੱਚੇ ਕਰਕੇ ਬਣਾਏ ਹੋਏ ਆ ਵੀ ਪਾਣੀ ਤਾਂ ਭਰਦੇ ਰਹਿਣਾ ਹੁਣ ਇੱਥੇ ਵੱਟ ਮਾਰੀ ਦਿਖਾ ਤੂੰ ਕਿੰਨੀ ਘੈਂਟ ਆ ਉਹ ਦਰਖਤਾਂ ਦੇ ਤਣਿਆਂ ਦੀ ਵੱਟ ਵੱਜੀ ਹੋਈ ਆ ਇਹ ਐ ਸਲੋਟ ਇੱਥੇ ਬੱਕਰੀਆਂ ਦੇ ਟਿਕਾਣੇ ਵੀ ਉੱਚੇ ਥਾਂ ਤੇ ਬਣਾਏ ਹੋਏ ਆ ਇਹ ਪਰਿਵਾਰ ਸਮੇਤ ਆ ਬਸ ਇਦੋਂ ਗਾਣੀ ਆਉਂਦਾ ਮੈਂ ਇੰਨੀ ਕੁ ਵੀਡੀਓ ਬਣਾਉਣੀ ਸੀ ਤੇਰੀ ਇੱਧਰ ਚੱਲੀ ਜਾਂਦਾ ਕੰਮ ਲੁੱਡੋ ਹਾਂ ਲੁੱਡੋ ਪਤਾ ਲੱਗ ਗਿਆ ਥਾ ਚੰਨ ਵੇ ਜਿੰਨੀ ਤੂੰ ਮਹਿਸੂਸ ਕੀਤੀ ਹਾਂ ਜਿੰਨੀ ਤੂੰ ਮਹਿਸੂਸ ਕੀਤੀ ਬੇਈਦੀ ਗਲਤੀ ਵੀ ਨਹੀਂ ਮਈਆ ਚੰਨ ਵੇ ਐਡੀ ਗਲਤੀ ਵੀ ਨਹੀਂ ਮਈਆ ਕਿਆ ਬਾਤ ਹੈ ਯਾਰ ਚਲੋ ਅੱਗੇ ਵਧੋ ਐਸਲੋਟ ਦੋਹੀ ਪਾਸੇ ਸੜਕ ਦੇ ਉੱਚੇ ਘਰ ਬਣੇ ਹੋਏ ਨੇ ਥੱਲਿਓਂ ਬਾਂਸ ਦਾ ਫਰਸ਼ ਲਾਈ ਹੋਈ ਹੈ ਜਾਂ ਵੰਝ ਖੜ੍ਹੇ ਕੀਤੇ ਹੋਏ ਆ ਅਤੇ ਉੱਤੇ ਬਣੇ ਹੋਏ ਆ ਸੜਕ ਸੋਹਣੀ ਆ ਚੋਪਾ ਪੰਛੀਆਂ ਦੀ ਕੀ ਕਹਿੰਦੇ ਹੁੰਦੇ ਆ ਚੀਕ ਝਾੜਾ ਨਹੀਂ ਚੀਕ ਝਾੜਾ ਨਹੀਂ ਚਹਿ ਚਹਾਟ ਸੋਹਣਾ ਰਾਹ ਹੈ ਨਾ ਪੈਰਾਂ ਤੋਂ ਲੈ ਕੇ ਸਿਰ ਤੱਕ ਇਹ ਖੁਦ ਨੇ ਆਪ ਜੋ ਮਜ਼ੌਲੀ ਹੈ ਇਸਕੇ ਬਾਰੇ ਮੈਂ ਸੁਣਾ ਥਾ ਯੇ ਘੁੰਮਨੇ ਆਏ ਹੈ ਯੇ ਕਾਲਜ ਹੈ ਯਹਾਂ ਕਾ ਯੇ ਹਾਈ ਸਕੂਲ ਹੈ ਹਾਂ ਸੈਕੰਡਰੀ ਠੀਕ ਹੈ ਔਰ ਇਧਰ ਪੁਲਿਸ ਥਾਣਾ ਹੈ ਇਹ ਪੁਲਿਸ ਸਟੇਸ਼ਨ ਠੀਕ ਹੈ ਜੀ ਤੋ ਯੇ ਗਾਉ ਹੈ ਮਜ਼ੌਲੀ ਕਾ ਯੇ ਟਾਊਨ ਹੈ ਟਾਊਨ ਬੋਲਦੇ ਛੋਟਾ ਟਾਊਨ ਛੋਟਾ ਕਸਬਾ ਛੋਟਾ ਟਾਊਨ ਹੈ ਠੀਕ ਹੈ ਕਮਲਾਬਾੜੀ ਅੱਛਾ ਆਪ ਲੋਗ ਕਾ ਯੇ ਰਹਿਣੇ ਕੇ ਲਈ ਆਪ ਲੋਗ ਕੋਈ ਕਿਸੀ ਸੇ ਬਾਤਚੀਤ ਹੁਆ ਨਹੀਂ ਬਾਤਚੀਤ ਤੋ ਹੁਆ ਨਹੀਂ ਲੇਕਿਨ ਦੇਖ ਰਹੇ ਹਾਂ ਰਹਿਣੇ ਕੇ ਲਈ ਅਭੀ ਟਿਕਾਣਾ ਕਰ ਰਹੇ ਹਾਂ ਹਾਂ ਮਜ਼ੌਲੀ ਮੇਨ ਸ਼ਹਿਰ ਹੈ ਜਹਾਂ ਸੇ ਕਿਤਨੀ ਦੂਰ ਹੈ ਸਬਸੇ ਪਹਿਲੇ ਪਲੇਸ ਹੈ ਠੀਕ ਹੈ ਕਮਲਾਬਾੜੀ ਬੋਲ ਕੇ ਯੇ ਵਾਲਾ ਜਗ੍ਹਾ ਕਾ ਨਾਮ ਹੈ ਕਮਲਾਬਾੜੀ ਇਸੇ ਆਗੇ 5 ਕਿਲੋਮੀਟਰ ਆਗੇ ਜਾਣੇ ਸੇ ਆਈਲੈਂਡ ਕਾ ਡਿਸਟ੍ਰਿਕਟ ਹੈ ਨਾ ਡਿਸਟ੍ਰਿਕਟ ਆ ਜੋ ਔਰ ਡਿਸਟ੍ਰਿਕਟ ਆ ਜਾਏਗਾ ਗਰਮ ਅੱਛਾ ਆਪ ਲੋਗ ਇਹ ਕੰਮ ਕੀਜੀਏ ਰਹਿਣੇ ਕੇ ਲਈ ਇਹ ਕੰਮ ਕੀਜੀਏ ਜਿਸ ਸੇ 3 ਕਿਲੋਮੀਟਰ ਆਗੇ ਜਾਣੇ ਸੇ ਇੱਕ ਡਰਾਸਿਲ ਬੋਲ ਕੇ ਇੱਕ ਬੰਬੂ ਕਟੇਜ ਮਿਲੇਗਾ ਬੰਬੂ ਕਟੇਜ ਮਿਲੇਗਾ ਹਾਂ ਬੰਬੂ ਕਟੇਜ ਮਿਲੇਗਾ ਕਿੰਨਾ ਦੂਰ ਜਾਣ ਸੇ ਇਧਰ ਸੇ ਖੂਬ ਜ਼ਿਆਦਾ 3 ਕਿਲੋਮੀਟਰ ਠੀਕ ਹੈ ਇਹ ਰੋਡ ਆਪ ਜੌਹਰਹੱਟ ਵਾਲੇ ਬਾਈਆਂ ਨੇ ਇੱਥੇ ਫੋਨ ਕੀਤਾ ਹੋਇਆ ਜਿਹੜੇ ਸਾਈਕਲ ਵਾਲੇ ਵੀਰ ਆ ਇਹਨਾਂ ਨੂੰ ਵੀ ਮੁੰਡੇ ਆਉਂਦੇ ਆ ਪੰਜਾਬ ਦੇ ਆ ਅਤੇ ਇਹ ਸਾਨੂੰ ਮਿਲ ਲਿਆ ਅੱਗੇ ਆ ਕੇ ਸਾਈਕਲ ਦਾ ਇਹਨਾਂ ਦੀ ਦੁਕਾਨ ਵੀ ਸਾਈਕਲ ਰਿਪੇਅਰ ਦੀ ਆ ਸਾਨੂੰ ਸੁੱਖ ਹੋ ਗਿਆ ਅਤੇ ਅਸੀਂ ਥੋੜ੍ਹਾ ਜਿਹਾ ਕੰਮ ਕਰਾਉਣਾ ਸੀ ਡਿਸਕ ਲੱਗੀ ਜਾਂਦੀ ਸੀ ਉਹ ਕਰਵਾ ਰਹੇ ਹਾਂ ਮੈਨੂੰ ਐਂ ਲੱਗਦਾ ਸ਼ੂ ਡਿੱਗ ਪਿਆ ਬਾਈ ਵਿੱਚੋਂ ਉਹ ਵਿੱਚ ਮੈਂ ਲੈਦਰ ਉੱਤਾ ਹੈ ਨਾ ਉਹ ਗਿਰ ਗਿਆ ਇਧਰੋਂ ਕੱਸ ਕੇ ਹੋ ਸਕਦਾ ਜਦੋਂ ਕਿਸੇ ਜਗ੍ਹਾ ਤੇ ਜਾਣਾ ਹੋਵੇ ਤਾਂ ਆਪਾਂ ਉਸ ਚੀਜ਼ ਦਾ ਦਿਮਾਗ ਦੇ ਵਿੱਚ ਇੱਕ ਬਣਾਉਣੇ ਹੁੰਦੇ ਆ ਫੋਟੋ ਬਣਾ ਲੈਣੇ ਹੁੰਦੇ ਵੀ ਏਡੀ ਕੁ ਚੀਜ਼ ਹੋਣੀ ਆ ਉਹ ਸਾਨੂੰ ਲੱਗਦਾ ਸੀ ਮਜ਼ੌਲੀ ਨਿੱਕਾ ਜਿਹਾ ਟਾਪੂ ਹੋਣਾ ਪਰ ਮਜ਼ੌਲੀ ਬਹੁਤ ਵੱਡਾ ਟਾਪੂ ਇੱਕ ਜ਼ਿਲ੍ਹਾ ਹੀ ਆ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਪਿੰਡ ਆ ਅਤੇ ਇੱਧਰ ਪੈਟਰੋਲ ਪੰਪ ਆ ਪਿੱਛੇ ਆਸਾਮ ਆਇਲ ਦੇ ਨਾਂ 'ਤੇ ਸਾਈਕਲ ਦਾ ਥੋੜ੍ਹਾ ਜਿਹਾ ਵਿਗਾੜ ਪਿਆ ਇਹ ਜੌਹਰਹੱਟ ਤੋਂ ਸਮਾਨ ਮੰਗਾਇਆ ਕੱਲ੍ਹ ਨੂੰ ਮੁਰੰਮਤ ਕਰਾਂਗੇ ਇਹਦੀ ਅਤੇ ਹੁਣ ਆਪਾਂ ਇੱਥੇ ਇੱਕ ਬੈਂਬੂ ਰਿਜ਼ੋਰਟ ਦੇ ਨਾਂ 'ਤੇ ਕੋਈ ਥਾਂ ਹੈਗੀ ਆ ਆਪਾਂ ਟੈਂਟ ਲਾਉਣ ਨੂੰ ਜਗ੍ਹਾ ਲੱਭਦੇ ਹਾਂ ਠੀਕ ਆ ਸਰ ਸਿਆਸੀ ਪਾਰਟੀ ਨੇ ਲਾਇਆ ਹੋਇਆ ਬੋਰਡ ਇਸ਼ਤਿਹਾਰ ਤੇ ਜਿਹੜਾ ਪੁਲ ਬਣਿਆ ਵਾ ਉਹ ਦੱਸਦਾ ਕਿ ਇਹ ਪੁਲ ਬਣਾਉਣ ਦੇ ਵਾਅਦੇ ਨੂੰ ਲੈ ਕੇ
ਇਥੋਂ ਚੋਣ ਲੜੀ ਜਾਊਗੀ। ਹੈ ਨੀ ਕਿ ਗੱਲ ਸਮਝ ਆ ਗਈ, ਅਸਾਮੀ ਤਾਂ ਪੜ੍ਹਨੀ ਆਈ ਨੀ। ਠੀਕ ਆ ਬਾਈ, ਚੈਨ ਸਲਿੱਪ ਕਰਦੀ ਹੈ, ਗੇਅਰ ਬਦਲ ਕੇ ਦੇ, ਬਸ ਲੋ ਟੱਕੇਰਾ ਭੜਾਕਾ ਜਿਹਾ ਪੈਂਦਾ ਹੁੰਦਾ। ਜੀ 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 ਜੀ, ਇਹ ਵੀਰ ਹੁਣੀ ਮਿਲੇ ਆ, ਸਚਿਨ ਹੈ ਇਹਨਾਂ ਦਾ ਨਾਮ, ਤੇ ਇਹਨੇ ਮਹਾਰਾਸ਼ਟਰ, ਮਹਾਰਾਸ਼ਟਰ ਕਿਹੜਾ ਜ਼ਿਲ੍ਹਾ ਆਪਣਾ, ਜਾਲਨਾ ਡਿਸਟ੍ਰਿਕਟ, ਜਾਲਨਾ, ਜਾਲਨਾ। ਤੇ ਇਹ ਵੀਰ ਹੁਣੀ ਆ, ਇਹ ਹੈਗੇ ਨੇ ਕਿੱਥੋਂ, ਤਾਮਿਲਨਾਡੂ। ਅਜੇ ਅਜੇ ਆਪਕਾ ਨਾਮ ਅਜੇ ਆ, ਔਰ ਇਨਕਾ ਨਾਮ ਸਚਿਨ। ਤੇ ਬਾਈ ਹੁਣੀ ਕਹਿੰਦੇ ਵੀ ਸਾਨੂੰ ਹਿੰਦੀ ਨਹੀਂ ਆਉਂਦੀ, ਅੰਗਰੇਜ਼ੀ 'ਚ ਗੱਲ ਕਰੋ, ਪਰ ਫਿਰ ਵੀ ਅਸੀਂ ਇਹਨਾਂ ਨਾਲ ਗੱਲ ਕਰਨ 'ਚ ਕਾਮਯਾਬ ਹੋ ਗਏ। ਅਤੇ ਇਹ ਇੱਥੇ ਸਕੂਲ ਦੇ ਵਿੱਚ ਟੀਚਰ ਨੇ, ਪੜ੍ਹਾਉਂਦੇ ਨੇ ਮਜ਼ੌਲੀ ਦੇ ਵਿੱਚ, ਮਜ਼ੌਲੀ ਬਾਰੇ ਬਹੁਤ ਸਾਰੀਆਂ ਥਾਵਾਂ ਦੀ ਜਾਣਕਾਰੀ ਮਿਲੀ ਹੈ ਤੁਮਸੇ। ਆਪਕਾ, ਆਪ ਦੋਨੋਂ ਕਾ ਬਹੁਤ ਬਹੁਤ ਧੰਨਵਾਦ ਬਾਈ ਸਾਹਿਬ। ਆਪਕਾ ਵੀ ਬਹੁਤ ਅੱਛਾ ਲਗਾ ਆਪਸੇ ਮਿਲਕਰ, ਔਰ ਇਤਨੀ ਖੁਸ਼ੀ ਹੈ ਕਿ ਕੋਵਿਡ ਹੋ ਜਾਂ ਇਹ ਸਭ ਪ੍ਰੋਬਲਮ ਤੋਂ ਚਲਤੇ ਰਹੇਗੇ, ਚਲਤੇ ਰਹੇ, ਲੇਕਿਨ ਇਹ ਜੋ ਸਫ਼ਰ ਹੈ ਚੱਲਣਾ ਚਾਹੀਏ, ਬਿਲਕੁਲ ਸਾਈਕਲ ਸੇ ਹੈ ਤੋ ਸਭਸੇ ਅੱਛਾ ਹੈ, ਔਰ ਮੁਝੇ ਬਹੁਤ ਖੁਸ਼ੀ ਹੋਈ ਆਪ ਦੋਨੋਂ ਸੇ ਮਿਲਕਰ, ਔਰ ਆਪਕੋ ਮੈਂ ਵੈਲਕਮ ਕਰਨਾ ਚਾਹਤਾ ਹੂੰ ਮਾਜੁਲੀ ਮੇ, ਐਜ਼ ਅ ਪਾਰਟ ਆਫ ਕੁਝ ਦਿਨ ਸੇ ਯਹਾਂ ਪੇ ਹੂੰ, ਲੇਕਿਨ ਮੈਂ ਆਪਕੋ ਬੋਲੂੰਗਾ ਕਿ ਆਪ ਮਹਾਰਾਸ਼ਟਰ ਆਓ, ਉਸਕੇ ਪਹਿਲੇ ਆਪ ਬੈਂਗਲੋਰ ਆਓ, ਹਮ ਘੁੰਮੇਂਗੇ। ਹਾਂ ਜ਼ਰੂਰ, ਹਮ ਨਾਰਥ ਈਸਟ ਕੰਪਲੀਟ ਕਰ ਲੇ, ਉਸਕੇ ਬਾਅਦ ਥੋੜ੍ਹੇ ਸਮੇਂ ਕੇ ਬਾਅਦ ਹਮ ਸਾਊਥ ਕਰੇਂਗੇ ਭਈਆ, ਸਾਰਾ ਸਾਊਥ ਕਰੇਂਗੇ। ਬਹੁਤ ਬਹੁਤ ਧੰਨਵਾਦ ਬਾਈ ਸਾਹਿਬ ਆਪ ਦੋਨੋਂ ਕਾ ਸਮਾਂ ਦੇਣੇ ਕੇ ਲਈ। ਆ ਟੋਬੇ ਦੇ ਕੰਢੇ ਸਾਈਕਲਾਂ ਨੂੰ ਜਿੰਦਾ ਲਾਤਾ ਅਤੇ ਆਪਣੇ ਦੋਵੇਂ ਤੰਬੂ ਇੱਥੇ ਲਾ ਲਏ। ਅੱਜ ਦੀ ਰਾਤ ਇੱਥੇ, ਥਾਂ ਬਹੁਤ ਸੋਹਣੀ ਆ, ਹੁਣ ਹਨੇਰਾ ਦੇਖਾ ਹੀ ਨਹੀਂ ਜਾਣੀ, ਤੜਕੇ ਦਿਖਾਉਣੇ ਆ ਤੁਹਾਨੂੰ ਇਹ। ਜਿਹੜੀ ਆ ਕੁੱਲੀ ਬਣੀ ਹੋਈ ਹੈ, ਇਹ ਬਣੀ ਹੋਈ ਹੈ ਬਾਂਸ ਦੀ, ਅਤੇ ਬਾਂਸ ਨੂੰ ਅੰਗਰੇਜ਼ੀ 'ਚ ਕਹਿੰਦੇ ਆ ਬੰਬੂ, ਠੀਕ ਆ। ਅਤੇ ਹੁਣ ਅੱਜ ਦੀ ਰਾਤ ਇੱਥੇ ਟੈਂਟ ਲਾ ਲਿਆ ਆਪਾਂ, ਉੱਥੇ ਰਹਾਂਗੇ, ਅਤੇ ਮਜ਼ੌਲੀ ਰਹਿਣਾ ਪੈਣਾ ਆਪਾਂ ਨੂੰ ਕੱਲ੍ਹ ਨੂੰ, ਕਿਉਂਕਿ ਇੱਥੇ ਨੇੜੇ ਤੇੜੇ ਚੀਜ਼ਾਂ ਬਹੁਤ ਨੇ ਦੇਖਣ ਵਾਲੀਆਂ, ਜਿਹੜੀਆਂ ਚੀਜ਼ਾਂ ਕਰਕੇ ਮਜ਼ੌਲੀ ਮਸ਼ਹੂਰ ਆ, ਉਹ ਚੀਜ਼ਾਂ ਤੁਹਾਨੂੰ ਤੜਕੇ ਦੱਸਾਂਗੇ, ਤੜਕੇ ਗੇੜਾ ਦੇਵਾਂਗੇ, ਘੁੰਮਾਂਗੇ, ਅਤੇ ਫਿਰ ਉਸ ਤੋਂ ਬਾਅਦ ਅਗਲਾ ਸਫ਼ਰ ਕਰਾਂਗੇ। ਜਿੱਥੇ ਆਏ ਹਾਂ, ਜੇ ਆਪਾਂ ਉਹ ਥਾਵਾਂ ਹੀ ਨਾ ਵੇਖੀਆਂ, ਫਿਰ ਉਹ ਥਾਂ ਦਾ ਫਾਇਦਾ ਨਹੀਂ ਸਾਡੀ, ਇਹ ਖਾਸੀਅਤ ਹੁੰਦੀ ਹੈ ਮਾੜੀ ਜੀ, ਮੈਨੂੰ ਐਂ ਲੱਗਦਾ ਵੀ ਅਸੀਂ ਜਿੱਥੇ ਜਾਂਦੇ ਹਾਂ ਨਿਸ਼ਾ ਨਾਲ ਦੇਖਦੇ ਹਾਂ ਉਸ ਚੀਜ਼ ਨੂੰ, ਜੇ ਇੱਕ ਜਾਣਾ ਵੀ ਵਿੱਚੋਂ ਕਾਹਲੀ ਕਰੀ ਜਾਵੇ ਤਾਂ ਇਹ ਤੋਕ ਨਹੀਂ ਬਣਦੀ, ਅਤੇ ਬੰਦੇ ਸਾਡੇ ਸੁੱਖ ਨਾਲ ਮਹਾਰਾਜ ਦੀ ਕਿਰਪਾ ਨਾਲ ਸਾਰੀ ਸਹਿਜ ਵਾਲੇ ਆ। ਹੁਣ ਕੱਲ੍ਹ ਨੂੰ ਦੇਖਾਂਗੇ ਮਜ਼ੌਲੀ, ਮਜ਼ੌਲੀ ਦੇ ਨੇੜੇ ਤੇੜਲੇ ਇਲਾਕੇ, ਸਾਡੇ ਨਾਲ ਫਰੇਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਬਾਈ ਸਰਦਾਰ ਬਲਦੇਵ ਸਿੰਘ ਜੀ, ਉਹ ਹਾਜ਼ਰ ਨੇ। ਕੋਈ ਸ਼ਬਦ ਸ਼ਬਦ ਤਾਂ ਇਹੀ ਹੈ ਕਿ ਬਾਈ ਇਹੋ ਜਿਹੀਆਂ ਥਾਵਾਂ 'ਤੇ ਪੰਜਾਬ ਤੋਂ ਇੰਨੀ ਦੂਰ ਆਉਣਾ, ਹੁਣ ਆਏ ਉਦੋਂ ਬਾਅਦ ਦੁਬਾਰੇ ਪਤਾ ਨਹੀਂ ਕਦੇ ਸਬੱਬ ਬਣੂਗਾ ਕਿ ਨਾ ਬਣੂਗਾ। ਬਿਲਕੁਲ ਬਾਈ, ਹੁਣ ਜਦੋਂ ਘਰ ਪਰਿਵਾਰ ਛੱਡੀ ਬੈਠੇ ਹਾਂ, ਜਵਾਕ ਜਿਲ੍ਹੇ ਵੀ ਵਿਚਾਰੇ ਬੈਠੇ ਨੇ, ਉਹ ਵੀ ਕਹੀ ਜਾਂਦੇ ਵੀ ਪਿੰਡ ਮੁੜ ਕੇ ਆਓ, ਜੀ ਨਹੀਂ ਲੱਗਦਾ ਗਿਆ ਸਾਨੂੰ। ਜਦੋਂ ਅਸੀਂ ਆਏ ਹਾਂ ਤਾਂ ਸਾਨੂੰ ਹੁਣ ਕੋਸ਼ਿਸ਼ ਇਹੀ ਹੁੰਦੀ ਆ ਕਿ ਸਾਰਾ ਕੁਛ ਰੀਜਨਲ ਦੇਖ ਲਈਏ, ਨਾਲੇ ਤੁਹਾਨੂੰ ਦਿਖਾ ਦਈਏ ਜਗ੍ਹਾ ਨੂੰ ਕਿ ਹੋਰ ਬੰਦਾ ਘੁੰਮਣ ਆਉਂਦਾ ਤਾਂ ਉਹਨੂੰ ਸੌਖਾ ਰਹੇ। ਹਾਂ, ਦੂਜਾ ਘੁੰਮਣਾ ਫਿਰਨਾ, ਸਫ਼ਰ, ਸੰਵਾਦ, ਕਿਰਤ, ਇਹ ਸਾਡੇ ਫਲਸਫੇ 'ਚ, ਸਾਨੂੰ ਸਿੱਖੀ ਫਲਸਫੇ 'ਚ ਮਿਲੀਆਂ ਹੋਈਆਂ ਚੀਜ਼ਾਂ ਨੇ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀ ਘੁੰਮ ਲਈਏ। ਇਹਦੇ ਨਾਲ ਕੀ ਹੁੰਦਾ, ਬਹੁਤ ਭੁਲੇਖੇ ਹੁੰਦੇ ਨੇ ਜਿਹੜੇ ਆਪਾਂ ਪਿੰਡਾਂ ਦੇ ਵਿੱਚ ਜਾਂ ਆਮ ਮਿੱਥਾਂ ਬਣਾਈਆਂ ਹੁੰਦੀਆਂ। ਜਦੋਂ ਤੁਸੀਂ ਘੁੰਮਦੇ ਫਿਰਦੇ ਹੋ, ਸਫ਼ਰ ਕਰਦੇ, ਤੁਹਾਨੂੰ ਵੱਖ ਵੱਖ ਧਰਮਾਂ ਦੇ ਜਾਤਾਂ ਦੇ ਲੋਕ ਮਿਲਦੇ ਨੇ, ਉਹ ਤੁਹਾਨੂੰ ਬੰਦੇ ਵਾਂਗੂ ਹੀ ਮਿਲਦੇ ਨੇ। ਜਿਵੇਂ ਪਿੰਡ 'ਚ ਤੁਹਾਨੂੰ ਤੁਹਾਡੇ ਆਂਢ ਗੁਆਂਢ ਵਾਲੇ ਮਿਲਦੇ ਨੇ, ਚਾਚੇ ਤਾਏ ਮਿਲਦੇ ਨੇ, ਦੋਸਤ ਮਿਲਦੇ ਨੇ ਕਾਲਜ ਪੜ੍ਹਨ ਵਾਲੇ, ਉਵੇਂ ਤੁਹਾਨੂੰ ਇੱਥੋਂ ਮਿਲਦੇ ਨੇ। ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਕਿੱਥੇ ਕਿੱਥੇ ਦੋਸਤ ਬਣ ਜਾਣੇ ਨੇ। ਅਸੀਂ ਜਿੱਧਰੋਂ ਜਿੱਧਰੋਂ ਲੰਘੇ ਜਾਂਦੇ, ਸਾਡੇ ਫੋਨ 'ਚ ਨੰਬਰ ਸੇਵ ਕਰੀ ਜਾਂਦੇ ਨੇ, ਕਰੀ ਜਾਂਦੇ, ਉਹਨਾਂ 'ਚੋਂ ਮੁਸਲਮਾਨ ਵੀ ਆ, ਉਹਨਾਂ 'ਚੋਂ ਹਿੰਦੂ ਵੀ ਆ, ਜੈਨੀ ਵੀ ਆ, ਬੋਧੀ ਵੀ ਆ, ਹਰ ਇੱਕ ਧਰਮ ਦੇ ਲੋਕ ਨੇ, ਨਾਸਤਕ ਵੀ ਹੈਗੇ ਨੇ ਜਿਹੜੇ ਰੱਬ ਨੂੰ ਮੰਨਦੇ ਵੀ ਹੈ ਨਹੀਂ ਹੈਗੇ, ਪਰ ਉਹ ਸਾਨੂੰ ਬੰਦਿਆਂ ਵਾਂਗ ਪਿਆਰ ਇੱਜ਼ਤ ਨਾਲ ਮਿਲਦੇ ਆ। ਸੋ ਅਸੀਂ ਸਹਿਜ ਨਾਲ ਹੀ ਘੁੰਮਾਂਗੇ, ਬਸ ਆਹੀ ਗੱਲਾਂ ਕਰਨੀਆਂ ਸੀ ਬਾਈ ਮੈਂ ਤਾਂ। ਠੀਕ ਆ ਬਾਈ, ਹਾਂ ਸਹੀ ਆ ਜੀ। ਕਿ ਇਸ ਮੱਖਣ ਕਹਿੰਦੇ ਗ੍ਰਿਫਤਾਰ ਹੋ ਗਿਆ ਅੱਜ, ਚਲੋ ਹੋਈ ਜਾਂਦੀ ਜਿਹੜੇ ਤੁਹਾਡੇ ਵਾਲੀ ਗੱਲ ਕਹੇ ਉੱਚੇ ਲੁੱਚੇ ਸੁੱਚੇ ਸਾਡੀ ਸਾਰਿਆਂ ਦਾ ਯਾਰ, ਪਾਣੀ ਸਾਡੇ ਪੁਲਾਂ ਦੇ ਹੇਠੋਂ ਵਗਣਾ, ਲੱਭਦੀ ਮਰ ਜਾਏਗੀ ਸਾਡੇ ਵਰਗਾ ਯਾਰ ਨਹੀਂ ਲੱਭਣਾ। ਇੱਕ ਨਾ ਸਾਡੇ ਲੋਕਾਂ 'ਚ ਨਾ ਸਹਿਜ ਬਹੁਤ ਘੱਟ ਆ, ਅਸੀਂ ਬੜੀ ਛੇਤੀ ਰਿਐਕਟ ਕਰਦੇ ਹਾਂ। ਜਦੋਂ ਕਿਸੇ ਨੂੰ ਹੀਰੋ ਬਣਾਉਣਾ ਹੁੰਦਾ ਅਸੀਂ ਘੰਟੇ 'ਚ ਬਣਾ ਦਿੰਦੇ ਹਾਂ, ਜਦੋਂ ਕਿਸੇ ਦਾ ਜਲੂਸ ਕੱਢਣਾ ਹੁੰਦਾ ਅਸੀਂ ਉਹ ਵੀ 20 ਮਿੰਟਾਂ 'ਚ ਕੱਢ ਦਿੰਦੇ ਹੁੰਦੇ ਹਾਂ। ਹਰੇਕ ਕੰਮ ਤੁਸੀਂ ਚਾਹੇ ਪਰਿਵਾਰ ਦੇ ਆਪਦੇ ਰਿਸ਼ਤੇ ਨਿਭਾ ਰਹੇ ਹੋ, ਵਿਆਹ ਕਰਾ ਰਹੇ ਹੋ, ਬਿਜ਼ਨਸ ਕਰ ਰਹੇ ਹੋ, ਘੁੰਮ ਰਹੇ ਹੋ, ਕੁਛ ਵੀ ਆ, ਸਹਿਜ ਬਹੁਤ ਜ਼ਰੂਰੀ ਆ। ਜੇ ਤੁਸੀਂ ਸਹਿਜ ਚੱਲੋਗੇ ਤਾਂ ਸੌਖੇ ਰਹੋਗੇ, ਨਹੀਂ ਤਾਂ ਕਹਿੰਦੇ ਹੁੰਦੇ ਵੀ ਕਾਲਿਆਂ ਦੇ ਅੱਗੇ ਟੋਏ ਅਤੇ ਕਾਲਿਆਂ ਦੇ ਕੰਮ ਕਦੇ ਨਾ ਹੋਏ, ਕਾਲਿਆਂ ਦੇ ਅੱਗੇ ਟੋਏ ਸਜਾਖੇ ਇੰਨੇ ਹੋਏ। ਠੀਕ ਆ ਬਾਈ ਸਿਕੰਦਰ, ਬਿਲਕੁਲ ਡਨ ਆ ਜੀ। ਓਕੇ ਫਿਰ ਮਿਲਦੇ ਹਾਂ ਕੱਲ੍ਹ ਨੂੰ।